ਸ਼੍ਰੀ ਅਕਾਲ ਦੋਸਤੋ, ਪੰਜਾਬੀ ਟੀ ਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਮੇਰੇ ਨਾਲ ਮੇਰੇ ਫੇਵਰੇਟ ਐਕਟਰ ਮੌਜੂਦ ਨੇ ਅਤੇ ਮੈਂ ਬਹੁਤ ਜ਼ਿਆਦਾ ਐਕਸਾਈਟਡ ਹਾਂ। ਬੱਬੂ ਮਾਨ ਸਰ ਮੇਰੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਤੁਹਾਡੀ ਬੰਜਾਰਾ ਮੂਵੀ ਆ ਰਹੀ ਆ ਅਤੇ ਕੀ ਸਰ ਅਲੱਗ ਕੀ ਕੰਸੈਪਟ ਆ? ਅਲੱਗ ਹੀ ਹੈ, ਮੈਂ ਤਾਂ ਅਲੱਗ ਹੀ ਕਰੂੰਗਾ। ਤੁਹਾਨੂੰ ਮੇਰੇ ਤੋਂ ਆਸ ਸੀ ਕਿ ਮੈਂ ਅਲੱਗ ਕਰੂੰਗਾ। ਤੁਹਾਡੇ ਤੋਂ ਤਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਆਸ ਹੈ ਸਰ। ਫਿਰ ਵੀ ਜਿਸ ਤਰ੍ਹਾਂ ਦਾ ਸਿਨੇਮਾ ਮੈਂ ਬਹੁਤ ਦੇਰ ਤੋਂ ਬਣਾਉਣਾ ਚਾਹੁੰਦਾ ਹਾਂ ਜਾਂ ਮੈਂ ਕਰਨਾ ਚਾਹੁੰਦਾ, ਇਹ ਉਹਦੀ ਪਹਿਲੀ ਬਣ ਗਈ ਹੈ। ਜੇ ਤੁਸੀਂ ਇਹਨੂੰ ਨਵਾਜਦੇ ਹੋ ਜਾਂ ਪਿਆਰ ਦਿੰਦੇ ਹੋ, ਉਸ ਤੋਂ ਬਾਅਦ ਫਿਰ ਮੈਂ ਅੱਗੇ ਹੋਰ ਇਸੇ ਤਰ੍ਹਾਂ ਦੀ ਅਲੱਗ ਫਿਲਮ ਬਣਾਉ। ਮੂਵੀ ਦੇ ਵਿੱਚ ਤਿੰਨ ਜਨਰੇਸ਼ਨਾਂ ਦਿਖਾਈਆਂ ਗਈਆਂ ਅਤੇ ਤਿੰਨ ਜਨਰੇਸ਼ਨਾਂ ਦੇ ਵਿੱਚ ਤੁਹਾਨੂੰ ਕਿਹੜਾ ਜ਼ਿਆਦਾ ਰੋਲ ਤੁਹਾਡਾ ਸਭ ਤੋਂ ਜ਼ਿਆਦਾ ਬੈਸਟ ਲੱਗਿਆ? ਦੇਖੋ, ਅੱਜ ਤਾਂ ਅਸੀਂ ਜਿਉਂ ਰਹੇ ਹਾਂ, ਅੱਜ ਤਾਂ ਅੱਜ ਵਰਗੀ ਹੋ ਜਾਣੇ ਆ। ਜਦੋਂ ਅੱਜ ਦਾ ਰੋਲ ਕਰਾਂਗੇ ਤਾਂ ਉਹਦਾ ਜਿਹੜਾ ਕਿਰਦਾਰ ਹੈ ਉਹ ਅੱਜ ਵਰਗਾ। ਅੱਜ ਇੱਕ ਆਮ ਮੁੰਡਾ ਕੀ ਸੋਚਦਾ ਹੈ, ਕਿਸ ਤਰ੍ਹਾਂ ਦੀ ਉਹਦੀ ਜ਼ਿੰਦਗੀ ਹੈ, ਕੀ ਉਹਦੇ ਦੁੱਖ ਹੈ। ਜਦੋਂ ਅਸੀਂ 84 ਚ ਜਾਵਾਂਗੇ ਜਾਂ 47 ਚ ਜਾਵਾਂਗੇ ਤਾਂ ਥੋੜ੍ਹਾ ਜਿਹਾ ਅਲੱਗ ਤਰ੍ਹਾਂ ਦਾ ਹੋ ਜਾਂਦਾ ਉਹਦਾ। ਸਰ, ਤੁਸੀਂ ਹੁਣ ਤੁਸੀਂ ਬੋਲੀਵੁੱਡ ਮੂਵੀ ਕਰ ਰਹੇ ਹੋ, ਤੁਸੀਂ ਇਸ ਤੋਂ ਪਹਿਲਾਂ ਵੀ ਬਹੁਤ ਕੀਤੀਆਂ ਨੇ, ਪਰ ਸਰ ਇੰਨਾ ਗੈਪ ਕਿਉਂ? ਆਹੀ ਜਿਹੜੀ ਤੁਹਾਨੂੰ ਵਜ੍ਹਾ ਦੱਸੀ ਹੈ ਕਿ ਮੈਂ ਲਕੀਰ ਤੋਂ ਹਟ ਕੇ ਕਰਾਂ। ਵੈਸੇ ਤਾਂ ਹਰ ਬੰਦਾ ਹੀ ਸੋਚਦਾ ਕਿ ਮੈਂ ਅਲੱਗ ਕੀਤਾ ਜਾਂ ਕਰਾਂ, ਪਰ ਕਿਉਂਕਿ ਤੁਹਾਡੇ ਮੀਡੀਆ ਦੀ ਸ਼ਿਕਾਇਤ ਹੈ ਕਿ ਆਮ ਤੌਰ 'ਤੇ ਕਾਮੇਡੀ ਫਿਲਮਾਂ ਜ਼ਿਆਦਾ ਬਣਦੀਆਂ, ਸੋ ਇਹ ਫਿਲਮ ਵਿੱਚ ਕਾਮੇਡੀ ਜ਼ਰੂਰ ਹੋ ਸਕਦੀ ਹੈ, ਉਹ ਵੀ ਇੱਕ ਹਿੱਸਾ, ਹੱਸਣਾ ਵੀ, ਪਰ ਇਹ ਥੋੜ੍ਹੀ ਜਿਹੀ ਇੰਟੈਂਸ ਜਿਹੀ ਸਟੋਰੀ ਹੈ, ਥੋੜ੍ਹੀ ਜਿਹੀ ਅਲੱਗ ਤਰ੍ਹਾਂ ਦੀ। ਇੱਕ ਨਿੱਜੀ ਜ਼ਿੰਦਗੀ 'ਚ ਜਿੱਦਾਂ ਤੁਸੀਂ ਵਿਚਰਦੇ ਹੋ, ਕਿੰਨਾ ਹੱਸਦੇ ਹੋ ਅਤੇ ਕਿੰਨਾ ਦੁੱਖ 'ਚ ਰਹਿੰਦੇ ਹੋ, ਉਸ ਤਰ੍ਹਾਂ ਦੀ ਕਹਾਣੀ। ਸਰ, ਤੁਸੀਂ ਬੋਲੀਵੁੱਡ ਮੂਵੀ 'ਚ ਕੰਮ ਕਰਦੇ, ਕਦੇ ਤੁਸੀਂ ਸੋਚਿਆ ਕਿ ਤੁਸੀਂ ਬੋਲੀਵੁੱਡ ਮੂਵੀ 'ਚ ਵੀ ਕੰਮ ਕਰਨਾ ਹੀ ਕਰਨਾ? ਦੇਖੋ, ਇਹ ਪਰਿਸਥਿਤੀਆਂ, ਇਹ ਨਹੀਂ ਕਿ ਮੈਂ ਕਰਦਾ, ਜੇ ਤੁਸੀਂ ਐਫਰਟ ਕਰੋ ਤੁਸੀਂ ਵੀ ਕਰੋਗੇ, ਜੇ ਉਹ ਕੈਮਰੇ ਵਾਲਾ ਭਾਈ ਐਫਰਟ ਕਰੇ ਉਹ ਵੀ ਬਾਲੀਵੁੱਡ ਦਾ ਸਭ ਤੋਂ ਵੱਡਾ ਕੈਮਰਾਮੈਨ ਬਣ ਸਕਦਾ, ਪਰ ਕਿਉਂਕਿ ਤੁਸੀਂ ਆਪਦੇ ਰੁਝੇਵੇਂ ਸੈੱਟ ਕਰ ਲਏ, ਤੁਸੀਂ ਪ੍ਰੈਸ 'ਚ ਆ ਗਏ, ਹੁਣ ਤੁਹਾਡੀ ਜ਼ਿੰਦਗੀ ਇਹ ਬਣ ਗਈ। ਹਰ ਬੰਦਾ ਹਰ ਕੰਮ ਕਰ ਸਕਦਾ, ਹਰ ਬੰਦਾ ਅਦਾਕਾਰੀ ਕਰ ਸਕਦਾ। ਈਵਨ ਜੇ ਮੇਰੀ ਸਲਾਹ ਤੁਸੀਂ ਲਓ, ਜਦੋਂ ਤੁਸੀਂ ਕਿਸੇ ਦੀ ਆਵਾਜ਼ ਸੁਣਦੇ ਹੋ ਤੁਹਾਨੂੰ ਕਿਸੇ ਦੀ ਪਤਲੀ ਲੱਗਦੀ ਹੈ, ਕਿਸੇ ਦੀ ਮੋਟੀ ਹੈ, ਪਰ ਜੇ ਤੁਸੀਂ ਬਚਪਨ 'ਚ ਇਹ ਸਾਧਨਾ ਕਰਕੇ ਰਿਆਜ਼ ਕਰੋ ਕਿ ਮੈਂ ਇਸ ਤਰ੍ਹਾਂ ਦਾ ਵੋਕਲ ਬਣਾਉਣਾ, ਤਾਂ 10 ਸਾਲ 'ਚ ਉਹ ਵੀ ਬਣ ਜੂਗਾ। ਕਿ ਮੈਂ ਆਪਣੇ ਨਾਲ ਇਹ ਤਜਰਬਾ ਕਰਿਆ ਬਚਪਨ 'ਚ ਕਿ ਮੈਨੂੰ ਹੈਵੀ ਆਵਾਜ਼ ਚਾਹੀਦੀ ਹੈ, ਰੇਸ਼ੇ ਵਾਲੀ ਆਵਾਜ਼ ਚਾਹੀਦੀ ਹੈ, ਤਾਂ ਇਸ ਕਰਕੇ ਕੁਛ ਵੀ ਹੋ ਸਕਦਾ। ਇਹਦੇ ਦੋ ਰਾਹ ਹੈ, ਇੱਕ ਬੰਦਾ ਕਿਸਮਤ 'ਤੇ ਸਾਰਾ ਕੁਛ ਛੱਡਦਾ, ਇੱਕ ਹੱਥੀ ਕਰਦਾ, ਤਾਂ ਆਪਾਂ ਕਿਸ਼ਤੀ ਹਾਂ, ਹੱਥੀ ਕਰਦੇ ਹਾਂ। ਜਾਂਦੇ ਜਾਂਦੇ ਸਾਡੇ ਆਪਣੇ ਦਰਸ਼ਕਾਂ ਨੂੰ ਅਤੇ ਫੈਨਸ ਨੂੰ ਮੂਵੀ ਬਾਰੇ ਦੱਸ ਦਿਓ ਸਰ, ਕਦੋਂ ਰਿਲੀਜ਼ ਹੋ ਰਹੀ ਹੈ, ਕਿੱਥੇ ਕਿੱਥੇ ਰਿਲੀਜ਼ ਹੋ ਰਹੀ ਹੈ? ਤੁਸੀਂ ਕਾਫੀ ਪੀਤੀ, ਚਾਹ ਪੀਤੀ, 7 ਤਰੀਕ ਦਾ ਬੋਰਡ ਲੱਗਿਆ ਜੇ ਤੁਸੀਂ ਪੁੱਛੀ ਜਾਂਦੇ ਹੋ। ਇੱਕ ਵਾਰੀ ਜਾਂਦੇ ਜਾਂਦੇ ਦਰਸ਼ਕ ਹੁਣ ਤਾਂ ਤੁਹਾਨੂੰ ਆਪ ਦੱਸਣਾ ਪੈਣਾ, ਫਿਰ ਹੁਣ ਸਾਡੀ ਤਾਂ ਜਮੀ, ਤੁਸੀਂ ਤਾਂ ਅਸੀਂ ਤੁਹਾਡੇ ਸ਼ਹਿਰ ਆਇਆ, ਤੁਹਾਨੂੰ ਇਹ ਵੀ ਨਹੀਂ ਪਤਾ ਫਿਲਮ ਕਦੋਂ ਰਿਲੀਜ਼ ਹੋ ਰਹੀ ਹੈ, ਕਿੰਨੀ ਨੂੰ ਹੋ ਰਹੀ ਹੈ, ਸੱਤ ਦੱਸੋ, ਹੋ ਗਈ ਨਾ ਸੱਤ ਨੂੰ ਹੋ ਰਹੀ ਹੈ ਭਾਈ ਵੀਰ, 7 ਨੂੰ। ਥੈਂਕ ਯੂ ਸਰ, ਥੈਂਕ ਯੂ ਸਰ।